ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਪ੍ਰੀਤਮ, ਸਿੱਧਾ ਵਾਰ ਨਾ ਕਰੀ ਤੂੰ ਉਹਨਾਂ ਤੇ। ਮੈਨੂੰ ਐਂ ਦੱਸ ਪਹਿਲਾਂ, ਰੌਣੀ ਆਪਾਂ ਕਰੀਏ ਕਿ ਉਹਨਾਂ ਨੇ ਕਰੀ ਆ? ਓਏ, ਉਹਨਾਂ ਨੇ ਮੂੰਗੀ ਬੀਜ ਰੱਖੀ ਆ ਤੇ ਤੁਸੀਂ ਉਹ ਬੁੰਡ ਉਮਰ ਪਾਉਂਦੇ ਫਿਰਦੇ ਹੋ। ਫਿਰ ਹੁਣ ਤੇਰੇ ਬਿਨਾਂ ਕਬਜ਼ਾ ਕੌਣ ਲਵੇ ਯਾਰ? ਅੱਛਾ, ਤੁਸੀਂ ਸੁੱਕਾ ਢਾਠੀਆਂ 'ਤੇ ਜ਼ੋਰ ਆ ਤੁਹਾਡਾ। ਉਹ ਯਾਰ, ਮੈਂ ਹੁਣ ਇਕੱਲਾ ਕਿੱਧਰ ਕਿੱਧਰ ਹੋ ਗਿਆ, ਮੈਥੋਂ ਨਹੀਂ ਕਬਜ਼ਾ ਲਿਆ ਜਾਂਦਾ, ਮੇਰਾ ਦਿਲ ਹੈ ਹੀ ਨਹੀਂ ਇੰਨਾ। ਚੰਦ ਇਕੱਲੇ ਨੇ ਗੇੜੇ ਅਖਬਾਰ ਰੱਖੇ ਆ, ਚੰਦ ਜਮਾਂ ਮਰੇ ਹੋ। ਚੰਦ 10 ਦਿਨਾਂ ਤੋਂ ਤਾਂ ਬਾਹਰੋਂ ਬੈਲੀ ਸੱਦ ਲੈਂਦਾ ਯਾਰ। ਤੁਸੀਂ ਨਹੀਂ ਸੱਦ ਸਕਦੇ, ਮਰੇ ਹੋ। ਮੈਂ ਤਾਂ ਸਾਡਾ ਤਾਂ ਤੇਰੇ ਸਿਰ 'ਤੇ ਆ। ਫਿਰ ਆ ਗਿਆ ਮੈਂ, ਫਿਰ ਹੁਣ ਕਿਉਂ ਡਰੀ ਇੰਨਾ ਜਦੋਂ ਖੜਾ ਮੈਂ? ਆਇਆ ਦੇਖਾਂਗੇ, ਚਾਲ ਦੇਖਾਂਗੇ, ਕਿਤੇ ਪਹਿਲੇ ਹੀ ਮਾਰੇ ਤੂੰ ਸੱਟ ਉਹਨਾਂ ਦੇ। ਖੜ ਜਾ, ਫਿਰ ਮੈਂ ਆਪਦੇ ਵਾਲਾ ਤਰੀਕਾ ਵਰਤਦਾ ਉਹਨਾਂ 'ਤੇ ਪਹਿਲਾਂ। ਹਾਂ, ਤੈਨੂੰ ਹਿਸਾਬ ਆ, ਤੂੰ ਕਬਜ਼ਿਆਂ 'ਤੇ ਜਾਂਦਾ ਰਿਹਾ, ਉਵੇਂ ਕਰੀ। ਖੜ ਜਾ, ਫਿਰ ਦੇਖਦਾ। ਪਹਿਲਾਂ ਤਾਂ ਤੂੰ ਡਰਾ ਡਰੂ ਕੇ ਦੇਖੀ? ਡਲਾ ਸਿੱਟ ਕੇ ਦੇਖ ਪਹਿਲਾਂ ਤੂੰ। ਡਲਾ ਸਿੱਟ ਕੇ? ਫਿਰ ਮੈਂ ਆਪਦਾ ਵਾਲਾ ਹਥਿਆਰ ਵਰਤਦਾ। ਦੇਖ ਬੈਠੇ ਵੀ ਆ ਕਿ ਨਾ? ਹੈਗੇ ਆ, ਬੰਦੇ ਤਾਂ ਕੱਪੜੇ ਝਲਕਦੇ ਆ ਚਿੱਟੇ। ਨਸ਼ੇ ਚ ਕਹੀ ਜਾਂਦਾ, ਸਮਾਰ ਕੇ ਦੇਖ ਲਾ। ਚਾਹੇ ਦੱਸ ਹੁਣ, ਫਿਰ ਡਰਨ ਵਾਲੀ ਕੀ ਗੱਲ ਹੈ? ਚ ਆਪਾਂ ਹਾਂ ਵੀ ਦੋ ਹੀ ਕਿਤੇ ਵਾਰ ਕਰ ਜਾਣ, ਮੈਨੂੰ ਡਰ ਲੱਗਦਾ। ਤੇ ਤੂੰ ਇਸ ਲੋਟ ਕਿਉਂ ਹੋਈ ਜਾਂਦਾ ਕਿ ਮੈਂ ਇੱਥੋਂ ਬਾਅਦ ਹੋਰ ਜੇ ਕੰਮ ਕਰਨ ਲੱਗ ਗਿਆ? ਕੌਣ ਤੂੰ? ਮੈਂ ਹੋਰ ਕੀ ਕੰਮ ਕਰ ਲੱਗਾ? ਐਂ ਜੇ ਘੋੜੀ ਜੀ ਬਣੀ ਜਾਂਦਾ ਹੈ ਭਾਵੇਂ ਦਾ ਲੌੜਾ ਲੈਣਾ ਕੀ ਬੋਲਦਾ, ਮੈਂ ਖੂੰਡਾ ਮਾਰੂ ਤੇਰੇ। ਉਹਨਾਂ ਦੇ ਮਾਰ ਲਈ ਲੌੜੇ ਤੇ ਮੇਰੇ ਜ਼ਰੂਰ ਮਾਰਨਾ, ਘੋੜੀ ਬਣਦੇ ਹੁੰਦੇ ਆ ਮੂਹਰੇ। ਤੂੰ ਉੱਥੇ ਬਾਹਰ ਪਿੱਠ ਦੇਣ ਗਿਆ ਸੀ ਸਾਰਾ? ਮੈਂ ਤਾਂ ਪੁੱਤੀ ਦੇ ਕੈਂਗਰੇ ਖੰਡਿਆਏ ਹੋਏ ਆ, ਕਹਿੰਦੇ ਕਹਾਉਂਦਿਆਂ ਦੇ। ਫਿਰ ਇੱਥੇ ਖੰਡਿਆ ਦੇ, ਖੰਡਿਆ ਕੇ ਦਿਖਾਊ। ਹੈ ਪ੍ਰੀਤਮ? ਹਾਂ, ਮੈਨੂੰ ਤਾਂ ਲੱਗਦਾ ਜਿਵੇਂ ਉਹਨੇ ਮਕਾਨ ਲਿਆ ਰੱਖਿਆ ਹੁੰਦਾ ਉਹ ਟਾਂਡੇ ਭੰਨ ਨੂੰ। ਉਹ ਜਿਹੜਾ ਫੁੜਕਿਆ ਜਿਹਾ ਬੈਠਾ ਉਹਦੇ ਨਾਲ? ਹਾਂ ਹਾਂ, ਉਹੀ। ਉਹ ਤੇ ਮੈਂ ਲੱਤ ਦਾ ਭਾਰ ਧਰਦਾ ਤਾਂ ਨਹੀਂ ਉੱਠਦਾ। ਇੱਕ ਫੈਰ ਮਾਰੇ 14 ਬੰਦੇ ਉਲਟਾ ਦਿੰਦਾ। ਲੌੜਾ ਉਲਟਾ ਦਿੰਦਾ, ਮੈਨੂੰ ਲੱਗਦਾ ਵੀ ਉਲਟੂ ਉਹ। ਨਾ ਨਾ, ਬੜਾ ਨਿਸ਼ਾਨ। ਐਂ ਕਰ, ਗਲਾ ਸਿੱਟ ਕੇ ਦੇਖ ਬੰਦੇ ਕੀ ਕਹਿੰਦੇ, ਫਿਰ ਉਹ ਜਿਹਾ ਮੈਂ ਜੱਜਮੈਂਟ ਲਾਉ। ਗਲਾ ਸਿੱਟ ਕੇ ਦੇਖ? ਹਾਂ, ਕਿੰਨਾ ਕੁ ਦਿਲ ਆ ਬੰਦੇ ਦਾ, ਕਿੱਥੋਂ ਤਾਈਂ ਮਾਰ ਕਰਦਾ। ਫਿਰ ਸਾਨੂੰ ਐਸਟੀਮੇਟ ਲਾਉਣਾ ਪੈਂਦਾ ਬੈਲੀਆਂ ਨੂੰ। ਅੱਛਾ, ਹਾਂ, ਐਂ ਭੈਣ ਦਾ ਲੰਨਾ ਘਚੋਰ ਪੱਟਦਾ ਗੁੰਡੇ ਨਾਲ, ਮਾਰ ਪੁੱਟੀ ਦੇ ਤੂੰ ਮਗਰੋਂ ਮਾਰੇਗਾ। ਇਹ ਦੇਖ ਹਿਲਦਾ ਕਿ ਨਾ ਕੋਈ, ਲੱਗ ਗਈਆਂ ਟੱਟੀਆਂ, ਉਹੀ ਆ ਓਏ।
ਡੱਕਾ ਨਹੀਂ ਉਹਨਾਂ ਕੋਲ ਲਵੇ ਹੋ ਮਾੜਾ ਜਿਹਾ ਤੈਨੂੰ ਜੇ ਡਰ ਲੱਗਦਾ ਤੂੰ ਮੂਹਰੇ ਰਹਿ ਮਗਰੋਂ ਮੈਂ ਜਿਹੜਾ ਮੈਂ ਕੰਮ ਜਾਣੇ ਦੀ ਮਾਂ ਦੀ ਫੁੱਟੀ ਤੂੰ ਮੂਹਰੇ ਰਹਿ ਮੂਹਰੇ ਰਹਿ ਮਗਰ ਮੈਂ ਹੈਗਾ ਪਿੱਛੇ ਹੱਜ ਫੁੱਟੀ ਦਿਓ ਮੈਂ ਸੱਚੀ ਪਤਾ ਨੀ ਕਿਹੜੀਆਂ ਗੱਲਾਂ ਤੋਂ ਚੁੱਪਾਂ ਭੋਥੜੀ ਦੇ ਫੈਰ ਖਾਏਗਾ ਕਿਹੜੀਆਂ ਗੱਲਾਂ ਤੋਂ ਚੁੱਪਾਂ ਮਾਤਾ ਖੇ ਹੋ ਜਾ ਤੋਦੀ ਭੋਥੜੀ ਦੇ ਟੱਟੀਆਂ ਲੱਗੀਆਂ ਪਈਆਂ ਸੀ ਤੁਹਾਨੂੰ ਇਹ ਤਾਂ ਸਾਡੇ ਨਾ ਮਨ ਚ ਡਰ ਭਾ ਰੱਖਿਆ ਦਸ ਮੈਂ ਸਦਕੇ ਨੂੰ ਆ ਚਿੱਤਣਾ ਚ ਲੈ ਲਾ ਨਾਲ ਟਾਂਡੇ ਭੰਨ ਦੀ ਲੈ ਕੀ ਭਾਲਦਾ ਨਾ ਤੂੰ ਭੋਥੜੀ ਦੇ ਇਹਨਾਂ ਤੋਂ ਡਰੀ ਉੱਠੀ ਨਾ ਚੱਲੀ ਇਹ ਚੱਲ ਜਾਣ ਦੇ ਇਹੋ ਜਿਹੀਆਂ ਮੈਂ ਤਾਂ ਊਂ ਚੀਚੀਆਂ ਨਾ ਚਲਾਈਆਂ ਹੋਈਆਂ ਨੇ ਓਏ ਪਰੇ ਸਿੜ ਦੇ ਪਰੇ ਚ ਰੌਂਦ ਰੌਂਦ ਪਾਇਆ ਹੋ ਦਫਾ ਕਰ ਇਹਨੂੰ ਰੀ ਇਹਨਾਂ ਭੋਥੜੀ ਦੇ ਇਹੋ ਜਿਹੀਆਂ ਵਾਧੂ ਬਣਾ ਬਣਾ ਵੇਚੀਆਂ ਨੇ ਮੰਨਤਾ ਨੀ ਹੈ ਉਹ ਚਲਾਵੇਗਾ ਪਰੇ ਕਰ ਯਾਰ ਤੂੰ ਐਵੇਂ ਨੀ ਪ੍ਰੀਤਮ ਤੁਰਿਆ ਫਿਰਦਾ ਪਰੇ ਕਰ ਮੈਥੀ ਲੈ ਕੱਢ ਦਿੰਦਾ ਕਿਉਂ ਡਰੀ ਇਹਨਾਂ ਚ ਰੌਂਦ ਕੱਢ ਦਿੰਦਾ ਰੌਂਦ ਕੱਢ ਚ ਯਾਰ ਇਹ ਲੈ ਗੀਜੇ ਚ ਪਾ ਲਾ ਲਿਆ ਪਾ ਗੀਜੇ ਚ ਇਹਨਾਂ ਨੂੰ ਡਰੀਆਂ ਭੈਣ ਦੀ ਭੋਥੜੀ ਦੇਣਿਆ ਬਸ ਹੁਣ ਆਏ ਕਰੀ ਬਾਹਰ ਨਾ ਕਰੀ ਬਸ ਇਹ ਸੀ ਲੋਟਾ ਹੁਣ ਮੈਨੂੰ ਨਿਬੜ ਲੈਣ ਦੇ ਉਹਨਾਂ ਨੂੰ ਮਾਰ ਲਾ ਆਪਾਂ ਬਾਂਹ ਤੇ ਕਬਜ਼ਾ ਲੈ ਲੈਂਦੇ ਆਪਾਂ ਨੂੰ ਕੀ ਲੋੜ ਆ ਯਾਰ ਓਏ ਆ ਜਾ ਓਏ ਚੰਦੀਓ ਓਏ ਆ ਜਾ ਕਬਜ਼ਾ ਦੇ ਅੱਗੇ ਆ ਜਾ ਕਿਹੜਾ ਮਕੰਦੀਆ ਟਾਂਡੇ ਭੰਨਾ ਹਾਂ ਮਕੰਦੀਆ ਭੋਥੜੀ ਦਾ ਹੱਥ ਹੀ ਨੀ ਜੋੜੇ ਤੇਰੇ ਪ੍ਰੀਤਮ ਨਾਲ ਬੁੰਡ ਲਵਾ ਦੂੰ ਕਿਤੇ ਭੜੇਖੇ ਚ ਰਹਿ ਜੇ ਇਹੋ ਜਿਹੀਆਂ ਵਾਧੂ ਬਣਾ ਬਣਾ ਵੇਚੀਆਂ ਨੇ ਆਹੀ ਮੂੰਗੀ ਆ ਹਾਂ ਆਹੀ ਇਹਨੂੰ ਰੌਣੀ ਕਦੇ ਕੀਤੀ ਪਈ ਭੈਣ ਚੋਦ ਲੇਖ ਕਿਵੇਂ ਜੜ ਬਰਤੀ ਭੋਥੜੀ ਚੱਲਾ ਨਾ ਲੈਣਿਆ ਨੇ ਚੱਲ ਮੂੰਗੀ ਤਾਂ ਨੀ ਹੁਣ ਵੱਢ ਲੂਗਾ ਹਾਂ ਇਹਨੂੰ ਵਾਹ ਕੇ ਤੇ ਫੱਕ ਬੀਜੀ ਪਈ ਤੇ 1509 ਲਾ ਦੀ ਗੇਤੀ ਵਿੱਚੀ ਵਾਹ ਦੀ ਵਿੱਚੀ ਵੱਧ ਗਏ ਹਾਂ ਚੱਲ ਫਿਰ ਉਹ ਲਾ ਦਿੰਦੇ ਆ ਮੈਨੂੰ ਜਾਣਾ ਭੂ ਰੌਲਾ ਉੱਧਰ ਆ ਤੂੰ ਨਾ ਜਾਈ ਬਾਈ ਯਾਰ ਦੋ ਦਿਨ ਤਾਂ ਠੀਕ ਯਾਰ ਤੇਰੀ ਬਾਬੰਨੀ ਨੀ ਝਾਕਦੀ ਜਦੋਂ ਮੈਂ ਤੈਨੂੰ ਕੇਰਾਂ ਕਹਿਤਾ ਪੱਕੀ ਗੱਲ ਆ ਜਮਾਂ ਪੱਕੀ ਗੱਲ ਆ ਉੱਥੇ ਹੀ ਮੈਂ 4-5 ਦੇ ਚੂਲੇ ਕੱਢ ਕੇ ਆਉਣੇ 50-60 ਹਜ਼ਾਰ ਰੁਪਇਆ ਲੈ ਕੇ ਆਊਂ ਤੇਰੇ ਕੋਲ ਊਂ ਨਹੀਂ ਆਉਂਦਾ ਅੱਛਾ ਹਾਂ ਚਿੰਤਾ ਨਾ ਮੰਨ ਇਹ ਮੇਰੇ ਖੱਬੇ ਹੱਥ ਦੀ ਖੇਡ ਆ ਚੱਲ ਬਹਿ ਜਾ ਨਹੀਂ ਚਿੰਤਾ ਮੰਜੇ ਤੂੰ ਡਰੀ ਜਾਂਦਾ ਹਾਂ ਯਾਰ ਚੱਲ ਉਹ ਮੰਜਾ ਹੀ ਉਦਾਂ ਕਰਕੇ ਹੋਏ
ਹੋਰ ਠੀਕ ਆ ਮੈਂ ਪੁਲਿਸ ਦੀ ਦਾਬ ਚ ਆ ਗਿਆ ਚੂਲਾ ਤੋੜਤਾ ਕੁੱਟ ਕੁੱਟ ਨੀ ਇਹਨਾਂ ਨੂੰ ਮੈਂ ਲਈ ਕੀ ਬੈਠਾ ਲੰਘਣ ਨੀ ਦਿੰਦਾ ਸੀ ਇਹਨਾਂ ਨੂੰ ਤੂੰ ਨਾ ਰੱਬ ਰੱਬ ਕਰ ਇਸੇ ਤੇ ਮੈਂ ਲੱਤਾਂ ਹੀ ਠੋਈ ਨਘਾਇਆ ਵੀਹ ਬੈਲੀ ਮੈਨੂੰ ਪਤਾ ਸੀ ਮੈਂ ਕਿਹਾ ਉਹੀ ਕੱਢੂ ਤੇਰਾ ਪਈ ਤੂੰ ਨੀ ਕੱਢੂ ਚੱਕ ਇਹਨੂੰ ਮੰਜੇ ਨੂੰ ਸਿੱਧਾ ਕਰ ਮੰਜਾ ਵੀ ਦੇਈ ਬੈਠਾ ਡਰਦਾ ਉਹਨਾਂ ਨੂੰ ਡਰਦਾ ਫੁੱਦੀ ਦਾ ਮੰਜਾ ਵੀ ਦੇਈ ਬੈਠਾ ਉਹਨਾਂ ਨੂੰ ਚੱਪਣ ਹੀ ਛੱਡ ਗਿਆ ਚੱਪਣ ਹੀ ਛੱਡ ਗਿਆ ਚੱਪਣ ਹੀ ਛੱਡ ਗਿਆ ਇੱਕ ਫੈਰ ਨਾ 14 ਸਿੱਟਦਾ ਬਾਹ ਤੇਰੇ ਝੋਟਿਆ ਰੱਖ ਦਿਖਾਈ ਉਦੋਂ ਤਾਂ ਇੱਕ ਵੀ ਨੀ ਡਿੱਗਿਆ ਓਏ ਹੋਰ ਉਹੀ ਡਰੀ ਜਾਂਦਾ ਹੁਣ ਮੈਨੂੰ ਕਿਉਂ ਤਾਂ ਮੈਂ ਤਾਂ ਡਰ ਭਾ ਰੱਖਿਆ ਉਹਨੇ ਮੂੰਹ ਖੋਲ ਲਾ ਭੋਥੜੀ ਤੇ ਊਂ ਨਾ ਸਾਹ ਘੁੱਟ ਕੇ ਮਰ ਜੀ ਉਹ ਅੱਖਣੀਆਂ ਮਕੰਦੀਏ ਹੋਰਾਂ ਨੇ ਮਾਰਤਾ ਬਾਦ ਲੱਗ ਗਿਆ ਨਾ ਨਾ ਐ ਨਹੀਂ ਮੈਂ ਸਾਹ ਘੁੱਟ ਕੇ ਮਰਦਾ ਤੇ ਫਿਰ ਮੂੰਹ ਕੇ ਬੰਨਿਆ ਐ ਢਾਠੀਆਂ ਓਏ ਮੂੰਹ ਤਾਂ ਮੈਨੂੰ ਸ਼ਰਮ ਮਾਰਦੀ ਆ ਸ਼ਰਮ ਕਾਹਦੀ ਮਾਰਦੀ ਆ ਬੁੰਡ ਦੇਣਾ ਐ ਸ਼ਰਮ ਨੂੰ ਅਗਲੇ ਕਈ ਦੂਰੇ ਭਰਾ ਤੇ ਵਾਰ ਕਰੀ ਜਾਂਦਾ ਤੇ ਭਰਾ ਜਦੋਂ ਕਰਦਾ ਆਪ ਉਹ ਫਿਰ ਮੈਨੂੰ ਤਾਂ ਸੋਚਣੀ ਪੈਂਦੀ ਹੈ ਨਾ ਆਪ ਸੋਚੇ ਨਾ ਸੋਚੇ ਨਾ ਨਹੀਂ ਕੰਜਰ ਦਾ ਦੂਜੇ ਲੋਟ ਨਾ ਮੂੰਹ ਲੁਕਾਉਂਦਾ ਫਿਰਦਾ ਕਿਤੇ ਲੈਤੀ ਲੁੱਤੀ ਹੋਵੇ ਦੀ ਲੋੜਾ ਲੈਣੇ ਤੇ ਤੇਰੇ ਮਤਰ ਦੂੰ ਖੁੰਡਾ ਮੇਰੇ ਤਾਂ ਮਾਰ ਲਾ ਤੇਰੇ ਤੇ ਵਾਰ ਕਰਨ ਜੋਗਾ ਨਹੀਂ ਉਹ ਚੱਤੜਾਂ ਚ ਦੇ ਦਾਂ ਘੋਪ ਨਾਲੀ ਤੇ ਦੇਸੇ ਦੇਸੇ ਨਾਲੀ ਤੇ ਇਹਨਾਂ ਗੱਲਾਂ ਮਾਰੀ ਚੱਲ ਕੋਠਾ ਕੁਠਾ ਖੋਲ ਕੇ ਦੇਖ ਚਾਹ ਬੇੜਾ ਨਹੀਂ ਮਾਰਿਆ ਮੈਂ ਵੀ ਬੜਾ ਐ ਨਹੀਂ ਪਤਾ ਉੱਥੇ ਭਾਈ ਬੈਠੇ ਹੁਣ ਪੰਚ ਰੱਖ ਡਰੀ ਜਾਂਦਾ ਹਾਂ ਰੋਬ ਤਾਂ ਪੂਰਾ ਮਾਰਾ ਆ ਦੇਖ ਰਾਵਲ ਦਾ ਰੋਬ ਚਤਰਾ ਚ ਲੈ ਲਾ ਰੋਬ ਹੁਣ ਮਕਾਂ ਦੇ ਲਿਆਇਆ ਕਿੱਥੋਂ ਹੋਇਆ ਇਹ ਜੀ ਯਾਰ ਇਹ ਮੇਰੇ ਸਹੁਰੇ ਜਪਾਨ ਮੰਨੋ ਲਿਆਏ ਆ ਤੈਨੂੰ ਤਾਂ ਪਤਾ ਨਾ ਹਾਂ ਇਹ ਜੀ ਮੈਂ ਤਾਂ ਬਹੁਤ ਬਣਾ ਬਣਾ ਵੇਚਣੇ ਨੇ ਗੱਲ ਅੱਛਾ ਹਾਂ ਬੰਦੂ ਅਸਲਾ ਨੰਗੇ ਹੱਥਾਂ ਦੀ ਜੀ ਭਾਂਤ ਭਾਂਤ ਦਾ ਉੱਠੀ ਜੇ ਤੂੰ ਪਤਾ ਕੀ ਹਾਲ ਬਣਾਇਆ ਹੋਵੇ ਕੋਠੇ ਦਾ ਕੋਠੇ ਦਾ ਕੀ ਕਰ ਗਏ ਭਾਈ ਡਰਦਾ ਆਉਂਦਾ ਹੀ ਨਹੀਂ ਮੈਂ ਤਾਂ ਬੰਦੇ ਬੈਠੇ ਹੋਈ ਭੋਥੜੀ ਦਾ ਬੰਦਾ ਮਾਰ ਕੇ ਧਰ ਗਏ ਹਸ਼ਿਆਰ ਸੀ ਹਸ਼ਿਆਰ ਸੀ ਤੇਰੀ ਛੋਕਰੀ ਦੀ ਲੰਨ ਤੇਰੀ ਦੀ ਉਹ ਤਾਂ ਚੱਲੀ ਆ ਮਕਾਂ ਦੀ ਤੋਂ ਟਾਂਡੇ ਭੰਨ ਤੋਂ ਉਸੇ ਤੇ ਚੱਲ ਗਈ ਰਾਫਲ ਕਿਤੇ ਤੇਰੀ ਭੈਣ ਨੂੰ ਲੰਨ ਤੇਰੀ ਨੂੰ ਸਾਹ ਸੂਣੀ ਆਉਂਦਾ ਇਹਨੂੰ ਭੋਥੜੀ ਦੇ ਮਰਿਆ ਪਿਆ ਤਾਂ ਉਹ ਤਾਂ ਫਿਰ ਜਾਣ ਕੇ ਮੈਂ ਅੱਖ ਕਰਕੇ ਫਸਾਉਣ ਦੇ ਮਾਰੇ ਯਾਰ ਇੱਥੇ ਕੀ ਲੌੜਾ ਭਾਲ ਦਾ ਫੁੱਦੀ ਚ ਲੰਨ ਲੈਣੀ ਤੇ ਮੇਰੇ ਤਾਂ ਪਹਿਲਾਂ ਚੂਲੇ ਤੋੜੇ ਪਏ ਆ ਦੱਸਦਾ ਮੈਂ ਤਾਂ ਆਪਾਂ ਆਏ ਕਰ ਤੇਰਾ ਨਾਂ ਹੀ ਧਰ ਦੂੰ ਮੈਂ ਤਾਂ ਕਿਉਂ ਪਹਿਲਾਂ ਮੇਰੇ ਤਾਂ ਬਹੁਤ ਬੁੱਲ ਤੇ ਪੰਜਾਂ ਮੈਂ ਤਾਂ ਨਾਂ ਦਾ ਓਏ ਨਾ ਬਾਈ ਓਏ ਜਾ ਪੱਟ ਤੇ ਓ ਬਾਈ ਮੈਂ ਤਾਂ ਮਾਰਿਆ ਜਾਉਂ ਓ ਗਰੀਬ ਓ ਨਾ ਬਾਈ ਮੁੜਿਆ ਯਾਰ ਉਂਗਲਾਂ ਦੇ ਨਿਸ਼ਾਨ ਜੇ ਆ ਜਾਂਦੇ ਆ ਮੈਂ ਤਾਂ ਕਿੱਥੇ ਕਰੇ ਆ ਉਂਗਲਾਂ ਦੇ ਨਿਸ਼ਾਨ ਆ ਜਾਂਦੇ ਆ ਫਿੰਗਰਾਂ ਜੇ ਅੱਛਾ ਤੇ ਫੇਰ ਧੀ ਦੀ ਲਾਨਾ ਐ ਕਰ ਪਿੰਡ ਛੱਡ ਚੱਲ ਦੋਨੇ ਭਾਈ ਹਾਂ ਲਾਇਆ ਦੋ ਮਹੀਨੇ ਬਾਹਰ ਰਾਸਤਾ ਬਣੀ ਲੰਘ ਚੱਲ ਉੱਧਰ ਹੈਗੇ ਆਪਣੇ ਮਿੱਤਰ ਹੈਗੇ ਟਿਕਾਣੇ ਵਾਧੂ ਟਿਕਾਣੇ ਇਹ ਕੰਮਾਂ ਦੀ ਰਹਿ ਮੈਂ ਹੋਰ ਫਿਰ ਰਾਤੇ ਰਾਤ ਹੀ ਲੰਘ ਚੱਲ ਹੋਰ ਹੁਣ ਇੱਥੇ ਭੈਣ ਦੀ ਫੁੱਦੀ ਕਰਾਂਗੇ ਸ਼ਾਸਤ ਖੇਡਗੇ ਬੰਦੇ ਆਪਣੇ ਨਾਲ ਹਾਂ ਛਿਆਰ ਆ ਯਾਰ ਚੰਦ ਹੈ ਨਾ ਇਹਦੀ ਧੀ ਦੀ ਲੰਨ ਮਕਾਨ ਤੋਂ ਹੀ ਗੇਮ ਲਾ ਕੇ ਆਪਣੇ ਦਿੱਤਾ ਕੁੜੀ
ਹਾਂ ਮਾਰ ਕੇ ਬੰਦਾ ਵੀ ਆਪੇ ਉਹਨਾਂ ਦੇ ਬਾਦ ਲੱਗ ਜੂਗਾ। ਤੂੰ ਤਾਂ ਕੱਲੇ ਮੜਾ ਹੱਥਾਂ ਤੇ ਜੋ ਰਾਤੀ ਦੀ ਫੋਦੀ ਦੇਣਾ ਦਿਮਾਗ ਨਹੀਂ ਓਏ ਮੈਂ ਭੱਜ ਗਿਆ ਤਾਂ ਜੇ ਨਾ ਭਾਈ ਤੇ ਮੈਂ ਦੇਖਦਾ ਤੂੰ ਕੀ ਉਹਨਾਂ ਨਾਲ ਹਾਲ ਕਰਦਾ। ਭੈਣ ਦੀ ਭੋਥੜੀ ਦੇਣਾ ਐ ਬੰਨੇ ਅਥਰੂ ਗੈਂਸ ਦੇ ਗੋਲੇ ਡਿੱਗਦੇ ਹੁੰਦੇ ਆ। ਹਾਂ ਦੇਖਦੇ ਅਥਰੂ ਗੈਂਸ ਦੇ ਗੋਲੇ ਹੋਰ ਕੀ ਆ ਭੈਣ ਦੀ ਬੁੰਡ ਦੇਣਾ ਮੂੰਹ ਬਲੇਟੀ ਫਿਰਦਾ ਤੂੰ। ਅਕਲ ਤਾਂ ਕਰ ਲਾ ਮਾੜੀ ਮੋਟੀ ਨਿਗਾਹ ਮਾਰ ਆਸੇ ਪਾਸੇ। ਮੇਰਾ ਤਾਂ ਉਹਦੇ ਵੀ ਨੀ ਧਿਆਨ ਸੀ ਤੂੰ ਕਹਿੰਦਾ ਬਿਜਲੀ ਵਾਲਾ ਉਹ ਮੇਰਾ ਚੰਦ ਕਣੀ ਧਿਆਨ ਸੀ ਮਖਾ ਇਹਦੀ ਲੰਮਾ ਮੈਂ ਚਾਲ। ਹਾਂ ਲੈ ਲਈ ਚਾਲ ਚੋਤੀ ਭੈਣ ਆਪਣੀ ਤਾਂ ਦੋਨਾਂ ਦੀ ਆ ਜਾ ਤਾਂ ਲੰਘਿਆ ਜੇ ਨਾ ਲੰਘਦਾ ਮੈਂ ਉਲਟਾ ਕੇ ਸੁੱਟ ਦਿੰਦਾ। ਹਾਂ ਸੁੱਟ ਦਿੰਦਾ ਉਲਟਾ ਕੇ ਭੈਣ ਦੀ ਭੋਥੜੀ ਉਦੋਂ ਤਾਂ ਇਕੱਲੇ ਹੀ ਲੈ ਲੈਂਦਾ ਕਬਜ਼ਾ ਜੇ ਸਿੱਟਣ ਵਾਲਾ ਹੁੰਦਾ। ਉਹ ਤਾਂ ਬੰਦੇ ਬਾਹਲੇ ਹੁੰਦੇ ਸੀ ਮੇਰਾ ਫੋ ਨਹੀਂ ਪਿਆ ਹੁਣ ਐਂ ਕਰਕੇ। ਹਾਂ ਲੰਘ ਕੇ ਰਾਸਤਾ ਨਾ ਬਾਹਰ ਦੀ ਬਾਹਰ ਬਾਹਨ ਵੇਚ ਕੇ ਉੱਥੇ ਲੈ ਪਈ ਉੱਥੇ ਲੈ ਲਈਏ ਬਾਹਨ ਉੱਥੇ ਲੈ ਦਿੰਦੇ ਹਾਂ ਤੈਨੂੰ ਦੋ ਤਿੰਨ ਮਰਬੇ। ਮੇਰਾ ਯਾਰ ਇੱਥੇ ਮੂੰਹ ਵਾਲਾ ਯਾਰ ਇਹ ਪਿਓ ਦਾਦੇ ਦੀ ਢੇਰੀ ਆ। ਲੈ ਲਈ ਬੁੰਡ 'ਚ ਦਾਦੇ ਦੀ ਢੇਰੀ ਤੇਰੀ ਟਡਾਉਣਗੇ ਬੁੰਡ ਭੋਥੜੀ ਦਾ। ਮੈਂ ਤਾਂ ਹੱਥ ਨਹੀਂ ਆਉਂਦਾ ਤੈਨੂੰ ਚੱਕਣੀ ਤੂੰ ਇੱਥੇ ਹੀ ਆਈ ਚੱਲ ਭੈਣ ਮੈਂ ਤਾਂ ਜਾਣਾ। ਚੱਲ ਨਾਲ ਹੀ ਮੈਂ ਚੱਲੂ ਪਰ ਮੈਂ ਕੀ ਕਰੂੰ ਇੱਥੇ ਇਕੱਲਾ ਮੈਨੂੰ ਇਕੱਲੇ ਵੀ ਛੱਡਦੇ ਆ ਇਹ ਤੇ ਫਿਰ ਹੁਣ ਬੁੰਡ ਦੇਣ ਨੂੰ ਤੁਰਦਾ ਪਤਾ ਕਿੱਡੀ ਗੇਮ ਸੀ ਬੰਦਿਆਂ ਦੀ ਦਿਮਾਗ। ਮੈਂ ਤਾਂ ਡਰਦਾ ਜਾਣਾ ਧੀ ਦੇ ਲੰਨਾ ਨੇ ਕਿੱਥੇ ਭੋਸੜੀ ਦੇ ਨੇ ਮਾਰ ਕੇ ਸਿੱਟਿਆ ਵੀ ਚਾਗਲੀ ਹੋ ਗਈ ਹਨਾ ਤੇ ਹੋਰ ਫੂਕ ਚੱਲ ਗਿਆ ਮਕੰਦ ਤੋਂ। ਆਏ ਨੀ ਪਤਾ ਭੈਣ ਦੇ ਲੰਨ ਮਰੇ ਹੀ ਚੱਕ ਲਏ ਹੁਣ ਕਿਤੋਂ ਕੋਈ ਤਵਾਰੀ ਨੀ ਇਹਨਾਂ ਦੀ ਭੈਣ ਦੇ ਲੰਨ ਇਹੋ ਜਿਹੇ ਕੰਜਰ ਯਾਰ ਮੇਰੇ ਸਾਹ ਫੈਰ ਫੂਰ ਚੱਲਿਆ ਹੁੰਦਾ ਕਿਤੇ ਖੂਨ ਯਾਰ ਖੂਨ ਹੈ ਹੀ ਨਹੀਂ ਸੀ ਪਈ ਉਹ ਲੋਥ ਚੰਗੀ ਭਲੀ ਆ ਕੋਈ ਖਰਾਬ ਨਹੀਂ ਹੋਈ ਬਾਹਲੇ ਟਾਈਮ ਦੀ ਨਹੀਂ ਅੱਜ ਹੀ ਲਿਆਇਆ ਤਾਜੀ ਕਿਤੋਂ ਮਾਰ ਕੇ ਜਾਂ ਮਾਰਿਆ ਕਿਹੜੇ ਤੇ ਯਾਰ ਬੇਨਾ ਜਾਂ ਕਿਸੇ ਦਾ ਮਰਿਆ ਪਿਆ ਹੀ ਨਾ ਚੋਰੋਂ ਚੱਕ ਲਿਆ ਹੁਣ ਇਹ ਵੀ ਕੋਈ ਪਤਾ ਨਹੀਂ। ਆਏ ਨੀ ਪਤਾ ਉਹ ਮਕੰਦ ਭੈਣ ਦਾ ਲੰਨ ਤੂੰ ਕਹਿਣਾ ਖੜਕਿਆ ਜਾ ਮੈਂ ਟੱਟੇ ਕੁੱਟ ਕੇ ਮਾਰਦਾ ਹੋਵੇ ਤਾਂ ਇਹ ਲੰਨਾ ਨੇ। ਦਾਰੂ ਪਿਆਤੀ ਹੂੰ ਜਿਆਦੇ ਉਹ ਬੇਸੁੱਧ ਹੋ ਗਿਆ ਤੇ ਮਗਰ ਪਤਾਲੂ ਕੁੱਟਦੇ ਚੱਲ। ਇਹਨਾਂ ਨੂੰ ਆਏ ਸੀ ਉਹ ਆਉਣਗੇ ਵੀ ਪ੍ਰੀਤ ਮਾਰਿਆ ਉਹ ਖੜਦਾ ਨੀ ਇੱਥੇ ਆਊਗਾ ਤੇ ਆਹ ਮੰਜੀ ਬਾਅਦ ਲੱਗ ਜੂਗਾ ਭੈਣ ਨੇ ਇਹਨਾਂ ਦੀ। ਚੱਲ ਫਿਰ ਰਾਤ ਨੂੰ ਚੱਲ ਆਪਾਂ ਤਾਂ ਲੰਘ ਚੱਲ ਭੈਣ ਰਫਲ ਤਾਂ ਹੋਰ ਗੱਲ ਬਣੀ ਰਫਲ ਤਾਂ ਜਦੋਂ ਨਾ ਮਾਤਲ ਵੀ ਸਾਡੇ ਬਣੀ ਆਏ ਚੜ ਕੇ ਤੇ ਮਕੰਦ ਕਹਿੰਦਾ ਜਾਣੇ ਮੋੜ ਮੂੰਹ ਕਹਿੰਦਾ ਆ ਚੱਕੋ ਰਫਲ ਪਹਿਲਾ ਵਾਰ ਤੁਹਾਡਾ ਫਿਰ ਰੱਖੂਗੀ ਫਾਇਰ ਮਾਰਿਆ। ਅੱਛਾ ਹਾਂ ਕੀ ਫੜਾਤੀ ਚੱਲੀ ਨੀ ਉਹਨਾਂ ਤੋਂ ਮਾਰਿਆ ਸਰਕਾਰੀ ਡਾਕਟਰ ਨੂੰ ਰੁਪਈਏ ਦੇ ਕੇ ਤੇ ਮੇਰੀ ਉਂਗਲ ਵੱਢ ਜਾ ਕਰਾਸ ਪਰਚਾ ਹੋ ਜੂ ਮੇਰੀ ਉਂਗਲ ਵੱਢ ਕੇ ਮੈਨੂੰ ਦਾਖਲ ਕਰੋ ਮਕੰਦ ਦੀ ਬਾਂਹ ਵੱਢ ਦੇ ਸੱਜੀ ਚੱਪਲਾਂ
ਉਹ ਚੱਪਲਾਂ ਤਾਂ ਉੱਥੇ ਰਹਿ ਗਈਆਂ, ਖੂਨਾਂ ਦਾ ਕੁੱਟ ਖਾ ਕੇ ਆਏ ਖੂਨ ਨਾਲ ਭਰ ਗਈਆਂ, ਵਾਹ ਉਹ ਤੇਰੇ ਖੂਨ ਨਾਲ ਭਰ ਗਈਆਂ ਚੱਪਲਾਂ, ਚੱਲ ਦੇਖ ਕੇ ਆਈਏ, ਪਤਾ ਅਸੀਂ ਤਾਂ ਐਂ ਭੱਜੇ ਜਾਂਦੇ ਆ ਵੀ ਪੁਲਿਸ ਬੰਨਣਗੇ ਆਪਾਂ ਗੱਡੀ ਕਰਾ ਲਾ, ਉਹ ਤਾਂ ਕੋਈ ਨਾ ਮੈਂ ਆਪੇ ਬੰਨ ਨੂੰ, ਚੱਲ ਆ ਜਾ ਛੇਰ ਮਿੰਟ ਮਾਰ, ਇੱਕ ਐਂ ਕਰ ਸਾਡੇ ਚੋਂ ਇੱਕ ਬੰਦਾ ਦਾਖਲ ਹੋਏ ਉਂਗਲ ਵੱਜ ਕੇ ਬਰਾਬਰ ਦਾ ਪਰਚਾ ਹੋ ਜੂਗਾ, ਨਹੀਂ ਮੈਂ ਤਾਂ ਪੱਟੇ ਜਾਵਾਂਗੇ, ਥਾਲੀ ਹੋਊ 20 ਥਾਲੀ ਦੋਨੇ ਮਾਰ ਦੇਗੇ ਬਕਾਂਦਾ, ਚੱਲ ਦੇਖ ਕੇ ਤਾਂ ਆਈਏ, ਖੂਨੋ ਖੂਨ ਆਪੇ ਚੱਕ ਕੇ ਲੈ ਜੂ, ਆਪੇ ਚੱਕ ਕੇ ਲੈ ਜਾਣਗੇ ਚਾਚਾ ਕੁੱਟ ਖਾ ਕੇ ਗੜਜਾਲ ਦਾ ਤੇ ਭੈਣ ਚੋਦਾ ਠੋਕ ਕੇ ਢਿੱਡ ਚ ਆ ਵੜਿਆ ਟੰਬੇ, ਜਦੋਂ ਮਾਰਿਆ ਦੋਨੇ ਹੱਥਾਂ ਨਾਲ ਸਿਰ ਹੀ ਇੱਥੇ ਆ ਗਿਆ ਠੋਕ ਗਿਆ, ਤਾਂ ਰਹਿਣ ਦੇ ਬਾਪੂ ਕਹਿੰਦੇ ਕੁੱਤੇ ਦਾ ਛੋੜਾ ਤਾਂ ਮਾਰੇ, ਤੂੰ ਭਾਜਾ ਮੇਰਾ ਛੇਖਣਾ ਬੰਨ ਦੇ, ਬੰਜੇ ਨਹੀਂ ਬਚਦੇ, ਮੈਂ ਤਾਂ ਜਾਣਾ ਕੋਈ ਨਾ, ਹਾਂ ਨਾਲੇ ਐਂ ਕਰ ਕੁੰਗਲ ਭਰ ਦੇ ਕਰਾਉਸ ਪਾਚਾ ਕਰਕੇ ਆਪਾਂ, ਮੈਂ ਤੈਨੂੰ ਦੱਸਾਂਗਾ ਅੱਜ, ਠੀਕ ਹੈ ਪੰਜੇ ਦਾ ਕਿੰਦੂ ਨਾ ਮਾਰ ਦੇਣ ਹੋਏ, ਜੇ ਕੋਈ ਬੰਦੇ ਉਹਨਾਂ ਦੇ ਹੋਰ ਆ ਗਏ, ਕਿੰਦੂ ਉੱਥੇ ਪਿਆ, ਕਿੰਦੂ ਉੱਥੇ ਪਿਆ ਆਪਣਾ ਸ਼ਰਾਬੀ ਹੋ, ਸ਼ਰਾਬੀ ਹੋ ਗਿਆ ਛੇੜਾ, ਇੰਨੀ ਕਿਹਨੇ ਪਿਆ ਸੀ ਉਹਨੂੰ, ਆਪੇ ਮੈਂ ਲੜਾਈ ਲੂ, ਚੱਲ ਯਾਰ ਮੈਨੂੰ ਲੱਗਦਾ ਕਿਹੜੇ ਕਤਲ ਉਹਨੂੰ ਦੇਖ ਕੇ ਆਈਏ, ਹੌਲੀ ਹੌਲੀ ਬੰਦ ਚਲੋ, ਉਹਨਾਂ ਨੂੰ ਚੱਕ ਕੇ ਲੈ ਜਾਣ ਤੇ ਕਿਹੜਾ ਆਪੇ ਲੈ ਜਾਣਗੇ, ਬੰਦੇ ਮਗਰ ਸੀਗੇ, ਅੱਛਾ ਤੇ ਉਹਨਾਂ ਨੂੰ ਲੰਘ ਜਾਣ ਦੇ, ਤਿੰਦੂ ਨੂੰ ਚੱਕ ਲੈ ਗਏ, ਐਂ ਕਰ ਨਾ ਤੇਰੀ ਨਾ ਮੇਰੀ ਗੱਲ ਕਰੂੰ ਸਾਂਝੀ ਦੇਖ, ਤਿੰਦੂ ਆਇਆ ਸੀ ਰੁਪਈਏ ਲੈ ਕੇ ਆਪਣੇ ਨਾਲ ਕਬਜ਼ੇ ਚ, ਅੱਛਾ ਨਾਲੇ ਦਾਰੂ ਪੀ ਗਿਆ ਨਾਲੇ 2 ਸੇਰ ਮੀਟ ਖਾ ਗਿਆ, ਐਦੂ ਮਗਰੋਂ ਕੰਮ ਕਿਉਂ ਫੁੱਜੀ ਦਾ ਤਿੰਦੂ ਦੀ ਬਾਂਹ ਬੈਠ ਕੇ ਦਾਖਲ ਕਰਾ ਜੋ, ਇਹ ਵੀ ਗਲਤੀ ਬਰਾਬਰ ਦਾ ਪਰਚਾ ਹੋ ਜੂ, ਐਂ ਗੱਲ ਕਰ ਇੱਥੇ ਛੋਟੇ ਖਾਏ ਚੰਗੀ ਦੱਬ ਪਈ, ਚਾਲ ਦੇਖਣੀਆਂ ਬੰਦਿਆਂ ਦੀ, ਰੁਪਈਏ ਕਿੰਨੇ ਲੱਗ ਜਾਣ, ਤੁਸੀਂ ਥਾਣਾ ਬੰਨੋ, ਟਿੰਦੂ ਨੂੰ ਚੱਕ ਲੋ, ਟਿੰਦੂ ਨੂੰ ਦਾਖਲ ਕਰਾ ਦਾਂਗੇ, ਮੰਨ ਜਾਓ ਗੱਲ, ਬਾਹਰ ਤੋੜ ਦੋ ਬਾਹ, ਫਿਰ ਆ ਜਾਓ ਲੱਟ ਵੱਢ ਕੇ ਟਿੰਦੂ ਨੂੰ ਦਾਖਲ ਕਰਾ ਆ ਜਾਓ, ਫਿਰ ਪੜ ਜਾਓ ਲੱਟਾ ਵਾਹਾ, ਐਦੂ ਮਗਰੋਂ ਕੰਮ ਆਊ ਪੋਸਰੀ ਦਾ, ਚੱਲ ਮੈਂ ਤੈਨੂੰ ਦੱਸਾਂਗਾ, ਹਾਂ ਬਾਪੂ ਮੇਰਾ ਸੁਭਾਅ ਹੋ ਰਿਹਾ, ਮੈਂ ਇਹਨਾਂ ਨੂੰ ਬਹੁਤ ਆਖਿਆ ਹਟੇ ਨੂੰ, ਐਂ ਕਰ ਚੰਦ ਚੰਦ ਖੂਨ ਆਪਾਂ ਪ੍ਰੀਤ ਮਾਲਾ ਲਾ ਦਿੰਦੇ ਟਿੰਦੂ ਦੀ ਬਾਹਾਂ ਤੇ, ਨਹੀਂ ਯਾਰ ਬਾਂਹ ਤੋੜਨੀ ਪਊ, ਫੇਰ ਬਣੂਗਾ ਹੱਡੀ ਟੁੱਟੀ ਦਾ, ਦੋ ਦੰਦ ਕੱਢ ਜੋ, ਦੋ ਦੰਦ ਕੱਢ ਜੋ ਪਲਾਸ ਨਾਲ, ਦੰਦਾਂ ਦਾ ਮੈਂ ਤੈਨੂੰ ਖੜੀ ਨੀ ਸੁੱਟ, ਬੱਚਾ ਵੱਡਾ ਪਊ ਬਰਾਬਰ ਦਾ ਵੱਡਾ ਦੰਦ ਕੱਢ ਜੇ ਪਲਾਸ ਨਾਲ, ਛਣੀ ਥੋੜਾ ਲੈ ਲਓ, ਛਣੀ ਥੋੜਾ ਲੈ ਲਓ, ਛਣੀ ਥੋੜਾ ਚਿੱਤਣਾ ਚ ਲੈਣਾ, ਦੰਦ ਕੱਢੋ ਉਹਦਾ ਯਾਰ, ਦਾਖਲ ਕਰਦਾ ਕੋਈ, ਮੈਂ ਤੈਨੂੰ ਇਹ ਦੱਸ ਦਿਆਂ ਕੱਲ, ਅੱਛਾ ਸੱਤ ਵਾਲੀ ਭਾਜੀ ਮਾਜੀ ਤਾਹੀ ਦਾ ਚੱਪਲਾਂ ਛੱਡੇ, ਛੱਡਾ ਦਾ ਭੈਣ ਦੀ ਫੁੱਦੀ ਮਕਾਨ, ਸਾਰੇ ਪਿੰਡ ਨੂੰ ਖੌਫ ਆ ਵੀ ਪਤਾ ਨੀ ਕੀ ਭੈਣ ਦੇ ਦੰਨ ਪੰਜ ਖੜਾ ਕਰਦੇ ਸਿਆਣੀ ਨੀ ਹੋਣੀ ਗਰਜਾਲ ਜੀ, ਸਿਆਣੀ ਨੀ ਹੋਣੀ, ਖੁੰਡਾ ਬੱਜਾ ਬਾਲਾ ਪਲਾ।
ਸਾਰੀ ਮੂੰਗੀ ਉੱਤੇ ਲਾ ਦੂ ਉਹ ਕੀ ਪਿਆ ਚਾਚਾ ਰਫਲ ਤਾਂ ਮੈਨੂੰ ਹੋਰ ਲੱਗਦੀ ਆ ਉਹ ਤਾਂ ਮੈਨੂੰ ਲੱਗਦਾ ਮਕਾਨ ਦੇ ਜਦੋਂ ਤੂੰ ਮਾਰਿਆ ਟੰਬਾ ਚੋ ਡਿੱਗ ਪਈ ਮੁਰਚਾ ਟੁੱਟ ਗਿਆ ਸੀ ਉਹਦਾ ਹਾਂ ਮੀਟਮ ਦਾ ਇਤਰੇ ਚੱਪਲਾ ਬਾਪੂ ਤੇਰੀਆਂ ਆ ਪਈਆਂ ਦੇਖ ਆਪਣੀਆਂ ਤੋਂ ਚੱਕ ਕੇ ਲੈ ਗਏ ਉਹਨਾਂ ਨੂੰ ਆਇਆ ਵੀ ਪੇਸ਼ ਕਰਾਂਗੇ ਇਹ ਤਾਂ ਉਹਨਾਂ ਦੀਆਂ ਵੱਡੇ ਸਿੱਟ ਗਏ ਜਦੋਂ ਡਾਂਗ ਮਾਰੀ ਦੋਨੇ ਥਾਣੀ ਮੋਰਚਾ ਟੁੱਟ ਗਿਆ ਚੋ ਡਿੱਗ ਪਿਓ ਦੇ ਕਿੰਦੂ ਦੀ ਬਾਂਹ ਤੋੜ ਕਿੰਦੂ ਦੀ ਬਾਂਹ ਤੋੜ ਦੋ ਦੰਦ ਕੱਢ ਦੋ ਮਾਂ ਡਾਂਗ ਮਾਰ ਡਾਂਗ ਮਾਰ ਦਾ ਪੁੱਠਾ ਪਾਸਾ ਨਾ ਮਾਰਾ ਬਾਪੂ ਆਣਾ ਮਾਰਾ ਪੁੱਠਾ ਪਾਸਾ ਇੱਕ ਲੱਤ ਨਾ ਤੋੜ ਦੇ ਲੱਤ ਲੱਤ ਤੋੜ ਦੇ ਦੋ ਦੰਦ ਕਰ ਦੋ ਬਰਾਬਰ ਦਾ ਪਾਚਾ ਹੋ ਜੂ ਦੋ ਦੰਦ ਕਰ ਬਾਪੂ ਰਫਲ ਜੀ ਨਾਲ ਡਾ ਜਾ ਮੂੰਹ ਫੜ ਦੋ ਦੰਦ ਕਰ ਦੋ ਦੰਦ ਕਰ ਦੋ ਚੁੰਡੀ ਨਾਲ ਪੱਟ ਦੇ ਨਸ਼ੇ ਚ ਬਾਪੂ ਕੱਢ ਦੇ ਹੁਣ ਤਾਂ ਐਂ ਕਰ ਤਾਂ ਹਲੇ ਦੰਦ ਕੱਢ ਕੇ ਇਸ ਵੱਡਾ ਭੁੱਖਾ ਜਾ ਤਾਂ ਬਸ ਬਸ ਨਿਕਲ ਗਏ ਸਬੂਤ ਪੇਸ਼ ਕਰਨਾ ਸਬੂਤ ਪੇਸ਼ ਕਰਨਾ ਚੱਕੋ ਚੱਕੋ ਚੂੜਾ ਫਿਰ ਸਾਂਭੋ ਐਂ ਕਰ ਚੱਕ ਲਾ ਮਕਾਨ ਹੋ ਜਾ ਚੱਕ ਲਾ ਟਿੰਡੂ ਨੂੰ ਪੇਸ਼ ਕਰੀਏ ਮਾਨਸਾ ਦਾਖਲ ਕਰਾਵਾਂਗੇ ਮਾਨਸਾ ਐ ਕਰੋ 108 ਤੇ ਐਂਬੂਲੈਂਸ ਨੂੰ ਫੋਨ ਕਰ ਦੇ ਬਾਪੂ ਬੋਝ ਕੇ ਜਾਓ ਉੱਥੇ ਐਂਬੂਲੈਂਸ ਆਪਣਾ ਅੱਖ ਚੋ ਬੈਂਚ ਜਾਓ ਇਹ ਤਾਂ ਕਰ ਦੇਣਾ ਉਹ ਦਰਦ ਤਾਂ ਨੀ ਮੰਨਦਾ ਇਹ ਦਰਦ ਤਾਂ ਨੀ ਮੰਨਦਾ ਕਿ ਪਤਾ ਨਹੀਂ ਲੱਗਿਆ ਨਸ਼ੇ ਚ ਆ ਖਰਾਬੀ ਆ ਖਰਾਬੀ ਆ ਚੱਕ ਚੱਕ ਮਕਾਨ ਮੰਨਦਾ ਚੱਕ ਮੈਂ ਤਾਂ ਮਾਰ ਜਾ ਮੰਨਦਾ ਚੱਕ ਮੈਂ ਤਾਂ ਮਿੰਟੋ ਮਿੰਟ ਦਾ ਕੰਮ ਹੁੰਦਾ ਜਿਹੜਾ ਕਾਤਲ ਛਾਮ ਕਾ ਛਾਮ ਕਾ ਆ ਜਾ ਭੈਣ ਤੋਂ ਤਾਂ ਦੋ ਬੰਦੇ ਮਰ ਗਏ ਯਾਰ ਚੱਕ ਆ ਗਿਆ ਉਹ ਹਟੇ ਨਹੀਂ ਉਹ ਨਹੀਂ ਮਾਰਦਾ ਕਾਨੂੰ ਸੀ ਮੈਂ ਹਟੇ ਨਹੀਂ ਬਸ ਧੱਕੇ ਨਾਲ ਹੀ ਵੱਜ ਗਏ ਮੈਂ ਤੁਹਾਂ ਅੜਖ ਚ ਚਲੋ ਅੜਖ ਚ ਨਸ਼ੇ ਚ ਆ ਬਾਪੂ ਇਹ ਤਾਂ ਦਾਖਲ ਕਰਾ ਦੇ ਉਹਨਾਂ ਨੂੰ ਕਹਿ ਦਿਆਂਗੇ ਜੀ ਨਾ ਦੋ ਬੰਦਿਆਂ ਦਾ ਲਿਖਾਈ ਡਾਬ ਵੱਧ ਉਬਾਲੇ ਨਾ ਲਿਖਾਈ ਦੋ ਬੰਦਿਆਂ ਦਾ ਲਿਖਾਏਗਾ ਕੀ ਤਾਂ ਮਰਨਾ ਲਿਖਾਵਾਂਗੇ ਕੀ ਤਾਂ ਮਰਨਗੇ
ਉਹ ਤਾਂ ਬਚਤ ਨੀ ਹੈ, ਛਾਣ ਹੀ ਨੀ ਆਉਣੀ ਬਾਪੂ। ਇਹ ਤਾਂ ਸਾਰੀ ਛੱਡ ਗਿਆ, ਕਾਹੀ ਤੈਨੂੰ ਕਹਿਣਾ, ਇਹ ਤਾਂ ਵਿਦੇ ਲੱਗੂ ਬਾਪੂ ਆਪਣੇ। ਐ ਕਰ ਕੁਛ ਨੀ ਹੁੰਦਾ, ਮੰਜਾ ਚੱਕ ਲੋ, ਮਿੰਟ ਤੋਂ ਮਰੋ, ਮਿੰਟੋ ਮਿੰਟ ਜਾ ਕੰਮ ਹੁੰਦਾ। ਚੱਲ ਚੱਟ ਚੱਕ ਲਾ, ਮੈਂ ਤਾਂ ਮਰ ਗਿਆ ਜਮੀ। ਦਬਾ ਦਬਾ ਜੋ ਇਹਦੇ ਕੰਮ।